डॉक्टर दलीप कौर टिवाणा साढ़े टीचर तो होंगे ही होंगे, बहुत बहुत वधिया टीचर, लेकिन वो विद्यार्थियों दी आम लोड़ां वल भी ध्यान देंदे रहिंदे। उन्हां दे घर च कोई मिलन वास्ते जो जांदा तां टाइम लैके थोड़ा जांदा सी, वड्डे भी छोटे भी मेरे वर्गे मामूली विद्यार्थी भी जांदे। एक दिन बैठिया बैठिया मेरे मन च ख्याल आया कि मैडम ने मेरे ते इन्ने उपकार किए ने, मैं इहदा बदला किवें चुकावां। जिन्हें उपकार किए ने जरूरी नहीं कि तुसीं उहदे काम आओ कदी, लेकिन किसी होर दे काम आओ। फिर ਇਹ ਜੋ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਇਹ ਇਸ ਵੀਡੀਓ ਦਾ ਇੱਕ ਛੋਟਾ ਭਾਗ ਹੈ। ਜੇਕਰ ਤੁਸੀਂ ਇਸ ਨੂੰ ਪੂਰਾ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਹੈ, ਜਿਸ ਉੱਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ। ਡਾਕਟਰ ਦਲੀਪ ਕੌਰ ਟਿਵਾਣਾ ਸਾਡੇ ਟੀਚਰ ਤਾਂ ਹੁੰਦੇ ਹੀ ਹੁੰਦੇ, ਬਹੁਤ ਬਹੁਤ ਵਧੀਆ ਟੀਚਰ, ਲੇਕਿਨ ਉਹ ਵਿਦਿਆਰਥੀਆਂ ਦੀਆਂ ਆਮ ਲੋੜਾਂ ਵੱਲ ਵੀ ਧਿਆਨ ਦਿੰਦੇ ਰਹਿੰਦੇ। ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿਸ ਵਿਦਿਆਰਥੀ ਨੂੰ ਕਿਸ ਚੀਜ਼ ਦੀ ਲੋੜ ਹੈ। ਮਾੜੀ ਮੋਟੀ ਕਿਸੇ ਚੀਜ਼ ਦੀ ਮੈਨੂੰ ਲੋੜ ਹੁੰਦੀ, ਮੈਂ ਘਰ ਚਲਾ ਜਾਂਦਾ, ਬੁਰਾ ਨਹੀਂ ਮਨਾਉਂਦੇ ਸਨ। ਅਖੀਰਲੇ ਸਮੇਂ ਤੱਕ ਜਦੋਂ ਉਹ 2013 'ਚ ਰਹਿਣ ਲੱਗ ਗਏ ਸੀ, ਕਈ ਸਾਲ ਰਹੇ, ਉਹਨਾਂ ਦੇ ਘਰ 'ਚ ਕੋਈ ਮਿਲਣ ਵਾਸਤੇ ਜਦੋਂ ਜਾਂਦਾ ਤਾਂ ਟਾਈਮ ਲੈ ਕੇ ਥੋੜ੍ਹਾ ਜਾਂਦਾ ਸੀ, ਵੱਡੇ ਵੀ ਛੋਟੇ ਵੀ ਮੇਰੇ ਵਰਗੇ ਮਾਮੂਲੀ ਵਿਦਿਆਰਥੀ ਵੀ ਜਾਂਦੇ, ਗੱਲਾਂ ਸੁਣਦੇ, ਗੱਲਾਂ ਕਰਦੇ, ਹਰੇਕ ਵੱਲ ਧਿਆਨ ਦਿੰਦੇ, ਚਾਹ ਪਾਣੀ ਪੁੱਛਦੇ। ਇਹ ਵਰਤਾਰਾ ਸੀ ਪ੍ਰੋਫੈਸਰ ਦਲੀਪ ਕੌਰ ਟਿਵਾਣਾ ਦਾ। ਇੱਕ ਦਿਨ ਬੈਠਿਆਂ ਬੈਠਿਆਂ ਮੇਰੇ ਮਨ 'ਚ ਖਿਆਲ ਆਇਆ ਕਿ ਮੈਡਮ ਨੇ ਮੇਰੇ 'ਤੇ ਇੰਨੇ ਉਪਕਾਰ ਕੀਤੇ ਨੇ, ਮੈਂ ਇਹਦਾ ਬਦਲਾ ਕਿਵੇਂ ਚੁਕਾਵਾਂ। ਪਤਾ ਨਾ ਲੱਗੇ ਮੈਨੂੰ, ਮੈਂ ਉਹਨਾਂ ਦੇ ਘਰ ਚਲਾ ਗਿਆ, ਬੈਠਿਆ। ਮੈਂ ਕਿਹਾ, ਮੈਡਮ ਇੱਕ ਮੁਸ਼ਕਲ ਆਈ ਹੈ ਮੈਨੂੰ, ਇਸ ਮੁਸ਼ਕਲ ਦਾ ਹੱਲ ਤੁਸੀਂ ਕਰੋਗੇ। ਕਹਿੰਦੀ ਦੱਸ। ਮੈਂ ਕਿਹਾ, ਜੀ ਤੁਸੀਂ ਮੇਰੇ ਟੀਚਰ ਵੀ ਹੋ, ਮੈਨੂੰ ਜ਼ਿੰਦਗੀ 'ਚ ਜਦੋਂ ਲੋੜਾਂ ਪੈਂਦੀਆਂ ਨੇ, ਕੋਈ ਮੁਸੀਬਤਾਂ ਆਉਂਦੀਆਂ ਨੇ, ਉਦੋਂ ਤੁਸੀਂ ਮੇਰੀ ਮਦਦ ਕਰਦੇ ਹੋ, ਇਹ ਤੁਹਾਡੇ ਉਪਕਾਰਾਂ ਦਾ ਭਾਰ ਹੈ ਜਿਹੜਾ ਇਹ ਮੇਰੇ ਸਿਰ 'ਤੇ ਵਧੀ ਜਾਂਦਾ। ਮੈਂ ਛੋਟਾਂ ਤੁਹਾਡੇ ਤੋਂ, ਮੈਂ ਇਹ ਭਾਰ ਮੈਂ ਤੁਹਾਡੇ ਲਈ ਕੁਛ ਕਰ ਹੀ ਨਹੀਂ ਸਕਦਾ, ਮੈਂ ਇਹ ਭਾਰ ਕਿਵੇਂ ਉਤਾਰਾਂ। ਮੈਡਮ ਦਲੀਪ ਕੌਰ ਟਿਵਾਣਾ ਕਹਿੰਦੇ, ਪੰਨੂ ਤੂੰ ਨਿਆਣਾ ਆ ਜੀ, ਇਸ ਤਰ੍ਹਾਂ ਨਹੀਂ ਭਾਰ ਉਤਰਦੇ ਹੁੰਦੇ ਕਿ ਜੇ ਮੈਂ ਤੇਰੀ ਕੋਈ ਮਦਦ ਕੀਤੀ ਤਾਂ ਫਿਰ ਉਹਦੇ ਬਦਲੇ ਮੈਨੂੰ ਤੇਰੀ ਮਦਦ ਦੀ ਲੋੜ ਪਊਗੀ, ਐਂ ਨਹੀਂ ਹੁੰਦਾ ਹੁੰਦਾ। ਮੈਂ ਤੈਨੂੰ ਭਲਾ ਵਿਦਿਆਰਥੀ ਚੰਗਾ ਮੁੰਡਾ ਸਮਝ ਕੇ ਤੇਰੀ ਮਦਦ ਕਰਦੀ ਰਹੀ, ਹੁਣ ਤੂੰ ਇਹ ਭਾਰ ਉਤਾਰਨਾ ਜੇ ਤਾਂ ਆਪਣੇ ਤੋਂ ਛੋਟਿਆਂ ਦੀ ਮਦਦ ਕਰੀ, ਮੇਰਾ ਚਾੜ ਹੈ ਭਾਰ ਇਸ ਤਰ੍ਹਾਂ ਉਤਰੂਗਾ। ਜਿਹਨੇ ਉਪਕਾਰ ਕੀਤੇ ਨੇ ਜ਼ਰੂਰੀ ਨਹੀਂ ਕਿ ਤੁਸੀਂ ਉਹਦੇ ਕੰਮ ਆਓ ਕਦੀ, ਲੇਕਿਨ ਕਿਸੇ ਹੋਰ ਦੇ ਕੰਮ ਆਓ। ਫਿਰ ਇਸ ਤਰ੍ਹਾਂ ਦੇ ਸੰਦਲੀਪ ਕੌਰ ਟਿਵਾਣਾ।